बकवास कर देंगे परचा पवा देंगे अंदर बढ़ गया अंदर बढ़ गया फिर इन्हू समझाउणी है उतो तुसी बोली जाने समझाई जाने असी सत श्री अकाल दोस्तों प्रोग्राम की हाल है मेरे शहर दा तुहाडा बहुत बहुत स्वागत अज 6 मार्च 2023 ते सवेर दे कोई 11:25 वीर बठिंडे का प्रताप नगर गली नंबर किन्नी है 19 ये सारा महला तुसी वेख लो खड़ा सिर्फ तुहानू ये हाल दिखाना है कि ये जड़े नशे ने हाल की कीता है पंजाब का सिर्फ तुहानू आही हाल दिखाना मजबूरियां इन्नियां भी मां नू भी सॉरी फील करनी पै रही है गलती वह बच्चे की वाइफ नू भी सॉरी फील करनी पै रही है गलती उस बच्चे की बेटा बेटा मैं तेनू उही है मैं तू मेरी गल नू अंडरस्टैंड कर मैं सिर्फ ये दिखाना चाहना एक साडा सिस्टम जिहड़ा ये मुंडा रोहित कुमार है जी की करना आया सी मेरा मोबाइल रखा आया सी बाइक कटारी ने इथे कोई हैगा वाड़े वाला बंदा वाड़ा बनया काम करने दिते हुए उथे रहिंदा भाई ने मेरा मोबाइल रखाया सी उथे 2011 दा मोबाइल लिया सी नवा 2000 ते रखाया सी महीने दा टाइम दित्ता सी 2 महीने हो चले हुण पहले मैनू इह दसो तुसी इहनां दे घर क्यों बड़े सी मैं फिर इहनां दे घर तां इसे करके बड़िया सी मैं कहा कई वार तां किसे वीर नू घर उहदा घर पता ही होवे प्रोपर चलो आपां इक वारी उहनां दा घर पुछ लैणे तुहाडा घर सी इधर आओ थोड़ा जिहा इधर आ जाओ उधर सूरज है की नाम की तुहाडा अरुण है जी अरुण तुसी गर्ग निवास हां जी हां जी की गल की सी मैं दुकान ते सीगा जी मेरे घरों फोन आया जी कहिंदे अपने घरे बंदा वड़ गया अंदर आके जिवें साडा गेट खुला ही हुंदा वाला साडा मेरा जवाक इन्हां वांडिया घरे सीगा गेट खड़काया मम्मा ने कहता भी अंदर आज खुला ही है भी शायद आ होणगे इह अंदर वड़ गया अंदर आके कहिंदा मेरा फोन रह गया 15,000 दा अंदर डरदे मारे इन्हां ने अंदरला गेट ला लिया अंदरला गेट लग्गा गेट ला लिया इन्हां ने इन्हां नू फोन मारे खड़के मुंडा वड़ गया नहीं नहीं एक मिनट गेट किन्ने लाया मम्मी ने ਸਾਡੇ ਅੰਦਰ ਗੇਟ ਇੱਕ ਲੱਕੜ ਲੱਗਿਆ ਨਾ ਉਹਨਾਂ ਨੇ ਉਹ ਲਾ ਲਿਆ ਦੱਬ ਕੇ ਬਾਲੀ ਬਟਨ ਆਇਆ ਸਾਨੂੰ ਆਇਆ ਸੀਗਾ ਮੈਨੂੰ ਕੋਈ ਆਇਆ ਨਸ਼ੇੜੀ ਹੈਗਾ ਫਿਰ ਇਹਨਾਂ ਨੇ ਗੁਆਂਢੀ ਨੂੰ ਫੋਨ ਲਾਇਆ ਦੇਖੋ ਬੜੇ ਮੁੰਡਾ ਵੜ ਗਿਆ ਫਿਰ ਗਲੀ ਇਕੱਠੇ ਫਿਰ ਉਹਨੂੰ ਫੜ ਲਿਆ ਸਾਰੇ ਨੇ ਮੈਂ ਤੁਹਾਨੂੰ ਇਹੀ ਦੱਸ ਦਿਆਂ ਵੀ ਉਹ ਮੁੰਡੇ ਨੂੰ ਜਿਹੜੀ ਕਨਫਿਊਜ਼ਨ ਉਹ ਕਹਿੰਦਾ ਸੀ ਵੀ ਮੈਨੂੰ ਕੋਈ ਮੋਬਾਈਲ ਦੀ ਕਨਫਿਊਜ਼ਨ ਸੀ ਉਹ ਬੰਨਾ ਹੀ ਨਸ਼ੇੜੀ ਹੈ ਬੰਨਾ ਇਹ ਬਾਲੀਆਂ ਬਟਨ ਆਇਆ ਸੀਗਾ ਜੀ ਕਮਲ ਇੰਨੇ ਘਰ ਪਾਏ ਜੀ ਇਹਨੂੰ ਕੀ ਸਾਡੇ ਪਰੇ ਜਾਣਦੇ ਨਹੀਂ ਕਰਦੇ ਵੀ ਇੱਥੇ ਮੋਬਾਈਲ ਪਿਆ ਦਾ दरवाजा गेट खोलिया इन्होंने फिर मैं गेट डाया मैं दवालियां पट्टन आया साडियां फिर गवांडियां फोन मारिया मैं साडे बेड़े जाके देखो कौन है फिर इन्हे भज गया उत्थे जाके मैं मगर डांग लैके गई ਫਿਰ ਇਹਨੂੰ ਕੁੱਟਿਆ ਮੈਂ 2-3 ਡਾਂਗਾ ਵੀ ਮਾਰੀਆਂ ਦੇਖੋ ਡਰਦਾ ਓਬਵੀਅਸ ਹੈ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਵੀ ਆ ਆ ਦੇਖੋ ਇੱਥੇ ਲੜਾਈ ਜਿਹੜਾ ਇੱਕ ਮਿੰਟ ਆਪਾਂ ਕੋਈ ਨਹੀਂ ਤੜਾ ਲੈ ਚੁੱਪ ਕਰ ਜਾ ਨਹੀਂ ਦੇਖੋ ਬੇਟਾ ਇੱਕ ਮੇਰੀ ਗੱਲ ਸੁਣੋ ਤੁਸੀਂ ਹਾਈਪਰ ਨਾ ਹੋਵੇ ਉਹ ਠੀਕ ਹੈ ਉਹ ਆਪ ਮੰਨੀ ਜਾਂਦਾ ਮੇਰੀ ਗਲਤੀ ਹੈ ਤੁਸੀਂ ਲੋਕਾਂ ਦੇ ਲੱਤਾਂ ਕਿਉਂ ਤੜਵਾਉਂਗੇ ਮੈਨੂੰ ਤੁਸੀਂ ਦੱਸੋ ਜਦੋਂ ਕਾਨੂੰਨ ਹੈਗਾ ਤੁਸੀਂ ਪੁਲਿਸ ਨੂੰ ਫੋਨ ਕਰੋ ਪੁਲਿਸ ਨੂੰ ਸੱਦੋ ਤੁਹਾਡਾ ਕੀ ਹੱਕ ਹੈ ਮਾਰਨ ਦਾ ਉਹ ਜਦੋਂ ਇਹ ਕਹਿ ਰਿਹਾ ਸੀ ਤੁਹਾਨੂੰ ਇਹ ਕਿਹਨੂੰ ਕਹਿ ਰਿਹਾ ਸੀ ਮੈਂ ਬਲਾਤਕਾਰ ਦਾ ਕੇਸ ਪਾਉਂਗਾ ਇੱਕ ਤਾਂ ਪਹਿਲਾਂ ਤਾਂ ਘਰੇ ਵੜਦਾ ਕਿਸੇ ਦਾ ਠੀਕ ਹੈ ਨਾ ਸਾਡੇ ਪੜੋਸੀ ਹੈ ਲੇਡੀਜ਼ ਹੈ ਘਰੇ ਵੜਦਾ ਅਸੀਂ ਪੁੱਛਿਆ ਤਾਂ ਜਵਾਬ ਪੁੱਠਾ ਦਿੰਦਾ ਫਿਰ ਕਹਿੰਦਾ ਬਲਾਤਕਾਰ ਦਾ ਕੇਸ ਪਾਉਂਗਾ ਕਿਉਂ ਵੀ ਕਾਹਦੇ ਵਾਸਤੇ ਬੇਟਾ ਬੇਟਾ ਤੁਸੀਂ ਇਹ ਕਿਹਾ ਇੱਕ ਮਿੰਟ ਭੈਣ ਜੀ ਇੱਕ ਮਿੰਟ
ਬੇਟਾ ਤੁਸੀਂ ਕਿਹਾ ਵੀ ਮੈਂ ਬਲਾਤਕਾਰ ਦਾ ਕੇਸ ਕਰਾਉਣਾ ਆਪਣੇ ਦੋ ਬੱਚੇ ਆ ਮੈਂ ਕਿਹਾ ਹੋਵੇ ਤਾਂ ਮੈਂ ਝੂਠ ਬੋਲ ਝੂਠ ਨਹੀਂ ਬੋਲਦਾ ਦੋ ਬੱਚੇ ਆ ਮੇਰੇ ਦੋ ਬੱਚੇ ਅੱਜ ਹੁਣੇ ਮਰ ਜਾਣ ਮੈਂ ਝੂਠ ਬੋਲਾਂ ਮੈਂ ਜਿਵੇਂ ਬਾਹਰ ਪੋਜੀਸ਼ਨ 'ਚ ਨਹੀਂ ਪਤਾ ਲੱਗਦਾ ਬਲਾਤਕਾਰ ਦਾ ਮੈਂ ਕਿਹਾ ਇਹ ਇਲਜ਼ਾਮ ਲਾਈ ਜਾਂਦੇ ਵਾਲੀਆਂ ਪੱਟਲੀਆਂ ਕਿਹੜੀਆਂ ਵਾਲੀਆਂ ਪੱਟਲੀਆਂ ਤੁਹਾਡੀਆਂ ਮੈਂ ਕਹੀ ਨਹੀਂ ਜਦੋਂ ਮੈਂਟਲੀ ਅਪਸੈਟ ਹੈਗਾ ਉਹ ਤਾਂ ਕੁਝ ਵੀ ਬੋਲੂਗਾ ਬੇਟਾ ਇਹਨੂੰ ਫਿਰ ਤੁਸੀਂ ਕਿਸੇ ਪਾਸੇ ਐਡਮਿਟ ਕਿਉਂ ਨਹੀਂ ਕਰਵਾਉਂਦੇ ਕਰਵਾ ਲਓ ਬੇਟਾ ਅੰਕਲ ਜੀ ਆ ਦਵਾਓ ਵਰਜਾ ਜਾਈਏ ਅਸੀਂ ਬੇਟਾ ਮੈਂ ਕੌਣ ਹੁੰਦਾ ਮੈਂ ਤਾਂ ਜਸਟ ਇਹ ਹੈ ਮੈਂ ਸਿਰਫ ਇਹ ਦੱਸਣਾ ਵੀ ਸਾਡੇ ਸਿਸਟਮ ਜਿਹੜਾ ਨੌਜਵਾਨ ਕਿੱਡਾ ਸੋਹਣਾ ਮੁੰਡਾ ਤੁਸੀਂ ਇਹ ਦੇਖੋ ਇਹ ਸਿਸਟਮ ਦੀ ਕਮੀ ਹੈ ਮੈਂ ਕਹੂੰਗਾ ਇਹਨਾਂ ਦੇਖੋ ਕਿੰਨਾ ਪਿਆਰਾ ਮੁੰਡਾ ਸਿਰਫ ਨਸ਼ਿਆਂ ਨੇ ਖਾ ਲਿਆ ਇਹ ਇਹੀ ਗੱਲ ਹੈ ਨਾ ਕਿਉਂ ਨਹੀਂ ਅਸੀਂ ਪ੍ਰਵਾਹ ਕਰਦੇ ਹੁਣ ਆਹ ਵਿਚਾਰੀ ਕੁੜੀ ਹੈ ਇਧਰੋਂ ਇਹ ਮੰਮੀ ਉਹਦੇ ਘਰੇ ਸੀ ਮੇਰੇ ਵਾਈਫ ਘਰੇ ਸੀਗੇ ਇਹ ਅੰਦਰ ਵੜ ਗਿਆ ਤੇ ਅੰਦਰ ਲੱਕੜਾ ਗੇਟ ਲਾ ਲਿਆ ਇਹਨਾਂ ਨੇ ਘਰਦਿਆਂ ਨੇ ਇਹ ਵਾਲੀਆਂ ਬੁਲੀਆਂ ਕੁਝ ਵਰਦ ਕਰਨ ਆਏ ਸੀ ਨਸ਼ਾ ਕੀਤਾ ਹੋਇਆ ਚੈੱਕ ਕਰ ਲਓ ਸੀ ਠੀਕ ਹੈ ਰਾਤ ਮੇਰੀ ਘਰ ਵਾਲੀ ਦਾ ਫੋਨ ਆਇਆ ਸੀ ਮੈਨੂੰ ਤੜਕੇ ਆ ਜੀ ਟਾਈਮ ਨਾਲ ਠੀਕ ਹੈ ਮੈਂ ਤੜਕੇ ਟਾਈਮ ਨਾਲ ਜਾ ਵੜਿਆ ਪਹਿਲਾਂ ਹੀ ਤੜਕੇ ਟਾਈਮ ਨਾਲ ਜਾ ਵੜਿਆ ਮੈਂ ਉਦੋਂ ਬਾਅਦ ਇਹਨੇ ਮੈਨੂੰ ਪਰੌਂਠੇ ਬਣਾ ਦੇ ਉਦੋਂ 10 ਕੁ ਵੱਜ ਗਏ ਤੇ ਅਸੀਂ ਮੈਂ ਐਨੂੰ ਆ ਗਿਆ ਮੇਰੀ ਗੱਲ ਸੁਣੋ ਠੀਕ ਤੁਸੀਂ ਸਹੀ ਹੋ ਤੁਹਾਡੇ ਵਾਈਫ ਇਹੀ ਕਹਿ ਰਹੇ ਵੀ ਚਲੋ ਮੈਂਟਲੀ ਅਪਸੈਟ ਇਸ ਟਾਈਮ ਮੈਨੂੰ ਪਰ ਤੁਸੀਂ ਇਹਨਾਂ ਦੇ ਘਰ ਕੀ ਕਰੋਗੇ ਕਿਸੇ ਦਾ ਕਿਉਂ ਕਰੂੰਗਾ ਮੇਰੀ ਏਡੀ ਸੋਹਣੀ ਜਨਾਨੀ ਹੈ ਆਪਕਾ ਬੇਟਾ ਇਹ ਨਹੀਂ ਕਿਹਾ ਵੀ ਬਲਾਤਕਾਰ ਕਰੂੰ ਦੇਖੋ ਤੁਸੀਂ ਗੱਲ ਨੂੰ ਨਾ ਬਦਲੋ ਤੁਸੀਂ ਇਹ ਕਿਹਾ ਵੀ ਮੈਂ ਬਲਾਤਕਾਰ ਦਾ ਕੇਸ ਪਾਉਂ ਫਿਰ ਇਹਨਾਂ ਨੇ ਕਿਹਾ ਵੀ ਮੈਂ ਬਲਾਤ ਤੁਸੀਂ ਕਿਹਾ ਬੇਟਾ ਹਾਂਜੀ ਜਿਵੇਂ ਇਲਜ਼ਾਮ ਲਾਈ ਜਾਂਦੇ ਕਿ ਵਾਲੀਆਂ ਪੱਟਲੀਆਂ ਹੋਵੇ ਮੈਂ ਨਾਮ ਲਾ ਦਿੰਦਾ ਉਹਨਾਂ ਨੇ ਇਹ ਨਹੀਂ ਕਿਹਾ ਵੀ ਵਾਲੀਆਂ ਪੱਟਲੀਆਂ ਬੇਟਾ ਉਹਨਾਂ ਨੇ ਪੁੱਤਰ ਮੇਰੀ ਗੱਲ ਤਾਂ ਸੁਣ ਲੈ ਤੂੰ ਕਹਿ ਰਿਹਾ ਕਿ ਮੈਂ ਫੋਨ ਪਿੱਛੇ ਵੜਿਆ ਬੇਟਾ ਖੜਾ ਰਹਿ ਮੇਰੇ ਦਿਲ ਦੀਆਂ ਦੋ ਸਟੰਟ ਪਏ ਵੇ ਲੱਤ ਮੇ ਟੁੱਟੀ ਵੀ ਐਚ ਆਈ ਵੀ ਮੈਨੂੰ ਟੀ ਵੀ ਮੈਨੂੰ ਇਸ ਬੱਚੇ ਨੂੰ ਤੁਸੀਂ ਦੇਖੋ ਇਹ ਆਪ ਮੰਨ ਰਿਹਾ ਵੀ ਮੈਨੂੰ ਐਚ ਆਈ ਵੀ ਹੈ ਮੈਨੂੰ ਟੀ ਵੀ ਹੈ ਔਰ ਹਾਂਜੀ ਕੀ ਕਹਿ ਰਹੇ ਤੁਸੀਂ ਇਹ ਜਲਦੀ ਇਹ ਖਤਮ ਹੋ ਜੂਗਾ ਇਹਦਾ ਟਾਈਮ ਖਤਮ ਹੋਇਆ ਪਿਆ ਸਾਰਾ ਚਿੱਟੇ ਨਾਲ ਸਮਾਂ ਖਰਾਬ ਹੋਇਆ ਪਿਆ ਮੈਂ ਤਾਂ ਇਹਨਾਂ ਨੂੰ ਕਹਿੰਦੀ ਵੀ ਆਪਦੇ ਸਿਰ ਤੇ ਇਲਜ਼ਾਮ ਨਾ ਲਓ ਤੁਸੀਂ ਇਹਦੇ ਕੀ ਲੱਗਦੇ ਸੱਸ ਸਿਸਟਮ ਦੇਖੋ ਮੈਂ ਇਹੀ ਕਹਿ ਰਿਹਾ ਉਹ ਕੁੜੀ ਦੀ ਜ਼ਿੰਦਗੀ ਖਰਾਬ ਸੱਸ ਵਿਚਾਰੀ ਰੋ ਰਹੀ ਹੈ ਕਿਉਂਕਿ ਮੇਰੀ ਕੁੜੀ ਦਾ ਜਿਸ ਤਰ੍ਹਾਂ ਕਹਿ ਰਿਹਾ ਵੀ ਉਹਨੇ ਇੱਕ ਮਹੀਨੇ ਦਾ ਟਾਈਮ ਦਿੱਤਾ ਕੁੜੀ ਵੀ ਵਿਚਾਰੀ ਕੀ ਕਰੇ ਹਨਾ ਸੱਸ ਕੀ ਕਰੇ ਉਹ ਏਡਸ ਦਾ ਉਹ ਮਰੀਜ਼ ਹੋਇਆ ਪਿਆ ਟੀ ਬੀ ਦਾ ਉਹ ਮਰੀਜ਼ ਹੈ ਬਾਈ ਜੀ ਦੋ ਬਿਮਾਰੀਆਂ ਜਿਹੜੀਆਂ ਉਹਨੇ ਦੱਸੀਆਂ ਉੱਤੋਂ ਨਸ਼ੇ ਸਮਝ ਆਈ ਤੁਸੀਂ ਕੀ ਸੁਣਿਆ ਹੁਣ ਇਹ ਤਾਂ ਇਹਨਾਂ ਦੇ ਘਰੇ ਵੜ ਗਿਆ ਮੱਕੀ ਅੰਦਰ ਹਾਂ ਦੇਖੋ ਇਹੀ ਹੈ ਮੁਹੱਲੇ ਵਾਲੇ ਇਹ ਨਹੀਂ ਸਮਝ ਆਉਂਦੇ ਚਾਰ ਗ੍ਰਾਮ ਦਾ ਕੇਸ ਫੜਿਆ ਗਿਆ ਸੀਗਾ ਹੁਣ ਤੁਸੀਂ ਕਹਿੰਦੇ ਬਣਨਾ ਗਾ ਜੇ ਤੁਸੀਂ ਪਹਿਲਾਂ ਰੋਕ ਲੈਂਦੇ ਤੁਸੀਂ ਉਹਨੇ ਸਾਥ ਦੇ ਜਾਂਦੇ ਹੋ ਸਾਥ ਦੇ ਜਾਂਦੇ ਹੋ ਤੁਸੀਂ ਲੈ ਗਏ ਜੀ ਤੁਸੀਂ ਕਿਉਂ ਹਾਂਜੀ ਘਰੇ ਵੜ ਗਿਆ ਪਾਇਆ ਨੀ ਠੀਕ ਅਸੀਂ ਵੇਟ ਕਰਦੇ ਸੀ ਅਸੀਂ ਵੇਟ ਕਰਦੇ ਚੋਰੀ ਨੀ ਕਰ ਸਕਦਾ ਮੇਰਾ ਬੰਦਾ 9 ਸਾਲ ਹੋ ਗਏ ਇਹਦੇ ਨਾਲ ਰਹਿੰਦੇ ਨੂੰ ਹਾਲ ਸਿਰਫ ਹਾਲ ਦਿਖਾਉਣਾ ਸੀ ਪੁਲਿਸ ਵਾਲੇ ਲੈ ਗਏ ਉਹਨੂੰ ਲੈ ਗਏ ਇਸ ਗਲੀ ਦੇ ਵਿੱਚ ਉਹਨਾਂ ਦੀ ਉਹਦੀ ਸਾਸੂ ਮਾਂ ਉਹ ਵੀ ਦੁਖੇ ਘਰੇ ਵੜੇ ਹੋਇਆ ਕੁਛ ਨੀ ਲੱਗਦਾ ਅਣਜਾਣ ਬੰਦਾ ਕਿਸੇ ਘਰ ਚ ਭੈਣ ਜੀ ਵੜ ਜੇ
ਤਾਂ ਡਰ ਤਾਂ ਲੱਗਦਾ ਹੈ ਨਾ ਚਿੱਟਾ ਕੀਤਾ ਹੋਇਆ ਇਸ ਗੱਲ ਦੀ ਹੁਣ ਕੀ ਕਹਿ ਸਕਦੇ ਉਹੀ ਗੱਲ ਹੈ ਨਾ ਉਹੀ ਮੈਂ ਤੁਹਾਨੂੰ ਕਹਿ ਰਿਹਾ ਵੀ ਦੇਖੋ ਨਸ਼ਾ ਮੇਨ ਗੱਲ ਜਿਹੜੀ ਹੈ ਇਹ ਨਸ਼ੇ ਦੀ ਬਦੌਲਤ ਇਹ ਚਿੱਟੇ ਦੀ ਬਦੌਲਤ ਐਡਾ ਸੋਹਣਾ ਨੌਜਵਾਨ ਜਿਹੜਾ ਉਹ ਬਰਬਾਦ ਹੋ ਗਿਆ ਉਸ ਚਿੱਟੇ ਦੀ ਬਦੌਲਤ ਇਸ ਘਰ ਦੇ ਵਿੱਚ ਉਹ ਆਇਆ ਇੱਥੋਂ ਛਿੱਤਰ ਵੀ ਖਾਧੇ ਆਪ ਥੱਲੇ ਡਿੱਗ ਗਿਆ ਵੀ ਮਾੜੇ ਚੰਗੇ ਲਫ਼ਜ਼ ਵੀ ਬੋਲੇ ਕੀ ਕਰਦੀਆਂ ਸਰਕਾਰਾਂ ਕੁੜੀ ਨੂੰ 9 ਸਾਲ ਉਹ ਦੱਸ ਰਹੀ ਹੈ ਆਹ ਹਾਲ ਹੈ ਮੇਰੇ ਸ਼ਹਿਰ ਦੇ ਵਿੱਚ ਹਾਲਾਤਾਂ ਦਾ ਮੈਂ ਅੱਜ ਤੋਂ 3-4 ਦਿਨ ਪਹਿਲਾਂ ਦੀ ਗੱਲ ਹੈ ਆਵਾ ਬਸਤੀ ਦੇ ਵਿੱਚ ਵੀ ਮੈਂ ਗਿਆ ਸੀ ਉੱਥੇ ਮੈਂ ਲਾਈਵ ਨਹੀਂ ਕਰ ਸਕਿਆ ਬਿਕੋਜ਼ ਉਸ ਦਿਨ ਮੇਰੇ ਫੋਨ ਦਾ ਨੈੱਟ ਨਹੀਂ ਸੀ ਪਰ ਮੈਂ ਗਿਆ ਸੀਗਾ ਰਿਕਾਰਡ ਕੀਤਾ ਸੀ ਅਤੇ ਖਬਰ ਮੈਂ ਤੁਹਾਨੂੰ ਉਹ ਵੀ ਦਿਖਾਉਣੀ ਸੀ ਕੁਦਰਤੀ ਉਹਦਾ ਐਂ ਕਹਿ ਲਓ ਵੀ ਆਡੀਓ ਵੀ ਨਹੀਂ ਆਈ ਮੇਰਾ ਖਿਆਲ ਹੈ ਸ਼ਾਇਦ ਪਰ ਉੱਥੇ ਵੀ ਹਾਲਾਤ ਇਹ ਸੀ ਐਡਾ ਸੋਹਣਾ ਮੁੰਡਾ ਕਿਸੇ ਦੇ ਘਰ ਵੜ ਗਿਆ ਉਹਨਾਂ ਨੇ ਬੁਲਾਇਆ ਵੀ ਭਾਅ ਜੀ ਆਹ ਦੇਖ ਲਓ ਜੀ ਹਾਲਾਤ ਦੇਖ ਲਓ ਉਹ ਬਾਹਰੋਂ ਕਿਤੋਂ ਫਤਿਹਾਬਾਦ ਤੋਂ ਕਿ ਕਿੱਥੋਂ ਆਏ ਸੀ ਆਵਾ ਬਸਤੀ ਦੇ ਵਿੱਚ ਰਹਿੰਦੇ ਅਤੇ ਉਹਦੇ ਵੀ ਹਾਲਾਤ ਇਹ ਸੀਗੇ ਉਹਨੇ ਵੀ ਗੇਟ ਅੰਦਰੋਂ ਬੰਦ ਕਰ ਲਿਆ ਉਹਨੇ ਬੰਦੇ ਨੇ ਆਵਾਜ਼ ਮਾਰੀ ਵੀ ਹਾਂਜੀ ਕਿੱਦਾਂ ਉਹ ਤੋਂ ਬੱਚੇ ਨੇ ਕਿਹਾ ਵੀ ਕੌਣ ਕਹਿੰਦਾ ਮੈਂ ਤੇਰਾ ਪਾਪਾ ਆਹ ਹਾਲ ਐਡੇ ਸੋਹਣੇ ਸੋਹਣੇ ਸੁਨੱਖੇ ਸੁਨੱਖੇ ਮੁੰਡੇ ਅਤੇ ਹਾਲ ਸਿਰਫ ਤੇ ਸਿਰਫ ਚਿੱਟੇ ਨੇ ਕਰਤਾ ਪਤਾ ਨਹੀਂ ਕਿਉਂ ਸਾਡੀਆਂ ਸਰਕਾਰਾਂ ਚਿੱਟੇ 'ਤੇ ਕਾਬੂ ਕਿਉਂ ਨਹੀਂ ਪਾਉਂਦੀਆਂ ਕਦੋਂ ਤੱਕ ਇੱਦਾਂ ਦੇ ਨੌਜਵਾਨ ਮੁੰਡੇ ਜਿਹੜੇ ਨੇ ਨਸ਼ੇ 'ਚ ਗ੍ਰਸਤ ਹੁੰਦੇ ਜਾਣਗੇ ਕਦੋਂ ਤੱਕ ਉਹਨਾਂ ਦੀਆਂ ਮਾਵਾਂ ਭੈਣਾਂ ਬੱਚੇ ਬਿਸਤ ਹੁੰਦੇ ਰਹਿਣਗੇ ਕਦੋਂ ਤੱਕ ਉਹਨਾਂ ਦੇ ਘਰਾਂ ਦੇ ਹਾਲਾਤ ਕੀ ਹੋਣਗੇ ਇਹ ਇਸ ਸ਼ੁਕਰ ਹੈ ਵੀ ਇਸ ਘਰ ਦੇ ਵਿੱਚ ਹਲੇ ਕੁਛ ਇੱਦਾਂ ਦਾ ਨਹੀਂ ਹੋਇਆ ਪਰ ਉਹਨੇ ਮੁੰਡੇ ਨੇ ਕਹਿੰਦੇ ਨੇ ਅੰਦਰੋਂ ਗੇਟ ਲਾਇਆ ਉਸ ਕੁੜੀ ਪ੍ਰੈਗਨੈਂਟ ਹੈ ਕੁਛ ਵੀ ਹੋ ਸਕਦਾ ਸੀ ਇਹ ਬਠਿੰਡੇ ਦੀ ਗਲੀ ਪ੍ਰਤਾਪ ਨਗਰ 19 ਏ ਹੈ ਅਤੇ ਉੱਥੋਂ ਦੇ ਹਾਲਾਤ ਤੁਸੀਂ ਵੇਖ ਲਓ ਸਾਰੇ ਲੋਕ ਜਿਹੜੇ ਨੇ ਉਹ ਡਰੇ ਹੋਏ ਨੇ ਹੁਣ ਤਾਂ ਕੋਈ ਦਰਵਾਜ਼ੇ ਵੀ ਖੁੱਲ੍ਹੇ ਛੱਡ ਕੇ ਆਪਣੇ ਘਰਾਂ ਦੇ ਵਿੱਚ ਨਹੀਂ ਰਹਿ ਸਕਦਾ ਆਹ ਸਾਰਾ ਮਹੱਲਾ ਜਿਹੜਾ ਉਹ ਬਾਹਰ ਆ ਗਿਆ ਸੋ ਇਸ ਕਰਕੇ ਮੇਰਾ ਇਹ ਦਿਖਾਉਣਾ ਸੀਗਾ ਕਿ ਸਿਰਫ ਚਿੱਟੇ ਦੀ ਬਦੌਲਤ ਆਹ ਹਾਲ ਹੋਏ ਨੇ ਅਤੇ ਜੇ ਚਿੱਟੇ 'ਤੇ ਕਾਬੂ ਪਾ ਲਈਏ ਅਤੇ ਜ਼ਿੰਦਗੀਆਂ ਵੀ ਬਚਣਗੀਆਂ ਮਾਵਾਂ ਦੇ ਪੁੱਤ ਵੀ ਬਚਣਗੇ ਮਾਵਾਂ ਦੇ ਘਰ ਵਾਲੀਆਂ ਵੀ ਮਰਨਗੀਆਂ ਉਹ ਕੁੜੀ ਦੇ ਹਾਲਾਤ ਦੇਖੋ ਤੁਸੀਂ ਵਿਚਾਰੀ ਕੀ ਕਰਦੀ ਉਹਦੇ ਹਾਲਾਤ ਦੇਖੋ ਇਹ ਇਹ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਜਿਹੜੀਆਂ ਅਸੀਂ ਨਹੀਂ ਸਮਝਦੇ ਉਹ ਪਲ ਪਲ ਮਰਦੇ ਹੋਣਗੇ ਉਹ ਲੋਕ ਬਹੁਤ ਮਾੜੇ ਹਾਲਾਤ ਪਤਾ ਨਹੀਂ ਕਦੋਂ ਕੀ ਹੋਣਾ ਵਾਹਿਗੁਰੂ ਬਚਾਓ ਯਾਰ ਪੰਜਾਬ ਨੂੰ ਅਤੇ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ